ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਮੈਂ ਹਾਂ ਨੋਰੂਲ 79 ਕੈਪਚਰਸ, ਅਤੇ ਅੱਜ ਮੈਂ ਤੁਹਾਡੇ ਲਈ ਇੱਕ ਆਪਣੇ ਚੈਨਲ ਦੀ ਇੱਕ ਹੋਰ ਵੀਡੀਓ ਲੈ ਕੇ ਆਇਆ, ਜਿਹੜੀ ਕਿ ਤੁਸੀਂ ਦੇਖ ਸਕਦੇ ਹੋ ਜਾਂ ਸੁਣ ਸਕਦੇ ਹੋ ਕਿ ਪੰਜਾਬੀ 'ਚ ਹੈ। ਬਟ ਮੈਨੂੰ ਲੱਗਦਾ ਕਿ ਮੈਂ ਪਹਿਲੀ ਸ਼ਾਇਦ ਵੀਡੀਓ ਕਰ ਰਿਹਾ ਹੋਊਂਗਾ ਜਿਹਦੇ 'ਚ ਮੈਂ ਆਈਫੋਨ 7 ਬਲੈਕ 32 GB, ਜਿਹੜਾ ਕਿ 32 GB ਹੈ, ਉਹਨੂੰ ਉਹਦੀ ਅਨਓਪਨਿੰਗ ਕਰੂੰਗਾ। ਕਾਫੀ ਇੰਗਲਿਸ਼ ਦੇ ਵਿੱਚ ਹੈਗੀਆਂ ਨੇ, ਬਟ ਪ੍ਰੋਬੇਬਲੀ ਪਹਿਲੀ ਹੈ ਜਿਹੜੀ ਮੈਂ ਪੰਜਾਬੀ 'ਚ ਕਰ ਰਿਹਾ ਹੋਊਂਗਾ, ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਤਾਂ। ਜਿਹਦੇ ਬਾਰੇ ਮੈਨੂੰ ਕੋਈ ਖਾਸ ਮੈਂ ਰਿਸਰਚ ਕੋਈ ਨਹੀਂ ਕੀਤੀ, ਪਰ ਕਿਉਂਕਿ ਮੈਂ ਨਵਾਂ ਫੋਨ ਲੈ ਕੇ ਆਇਆ ਅਤੇ ਇਸ ਕਰਕੇ ਮੈਨੂੰ ਖੋਲ ਵੀ ਰਿਹਾ ਆ ਜੀ ਫੋਨ ਹੈ। ਅਤੇ ਆਓ ਆਪਾਂ ਇਹਦੀ ਅਨਓਪਨਿੰਗ ਕਰਦੇ ਹਾਂ, ਅਤੇ ਅਨਓਪਨਿੰਗ ਪੰਜਾਬੀ, ਇਹਨੂੰ ਕਿ ਆਪਾਂ ਕਹਿੰਦੇ ਵੀ ਡੱਬੇ ਨੂੰ ਖੋਲ੍ਹ ਕੇ ਵਿੱਚੋਂ ਫੋਨ ਕੱਢਣਾ ਹੈ, ਅਤੇ ਕਰਦੇ ਹਾਂ ਜੀ, ਆ ਜਾਓ ਫਿਰ ਸ਼ੁਰੂ ਕਰਦੇ ਹਾਂ, ਮਿਹਰਬਾਨੀ। ਅਤੇ ਲਓ ਜੀ, ਹੁਣ ਆਪਾਂ ਆ ਚੁੱਕੇ ਹਾਂ ਜੀ, ਆਇਆ ਜੀ ਆਈਫੋਨ 7 ਜਿਹੜਾ ਕਿ ਬਲੈਕ 32 GB ਆ। ਅਤੇ ਇੱਥੇ ਆਪਾਂ ਦੇਖ ਸਕਦੇ ਹਾਂ ਕਿ ਤੁਸੀਂ ਸ਼ਾਇਦ ਇੱਥੇ 32 GB ਪੜ੍ਹ ਸਕਦੇ ਹੋ, ਇੱਥੇ 32 GB ਲਿਖਿਆ ਹੋਇਆ। ਸੋ ਇਹਨੂੰ ਆਪਾਂ ਖੋਲ੍ਹਦੇ ਹਾਂ ਜੀ ਹੁਣੇ। ਚਲੋ ਜੀ, ਸੋ ਹੁਣ ਆਪਾਂ ਇਹਨੂੰ ਖੋਲ੍ਹਦੇ ਹਾਂ ਜੀ। ਆ ਇੱਕ ਗ੍ਰੀਨ ਕਲਰ ਦੀ ਐਰੋ ਆ, ਜਿਹਨੂੰ ਕਿ ਆਪਾਂ ਆਈ ਬਲੀਵ ਇਹਨੂੰ ਇੱਦਾਂ ਕਰਕੇ ਖੋਲ੍ਹ ਦੇਈਦਾ ਆ। ਓਕੇ, ਸੋ ਇਹ ਤਾਂ ਬਿਲਕੁਲ ਇੱਕ ਕੇਸਿੰਗ ਆ, ਜਿਹੜਾ ਕਿ ਪਤਾ ਲੱਗਦਾ ਕਿ ਬਿਲਕੁਲ ਬ੍ਰਾਂਡਿੰਗ ਫੋਨ ਆ। ਅਤੇ ਆ ਲਓ ਜੀ, ਹੁਣ ਆਪਾਂ ਇਹਨੂੰ ਕਰਦੇ ਹਾਂ ਇਹਦਾ ਉਦਘਾਟਨ। ਸੋ ਇੱਦਾਂ ਖੁੱਲ੍ਹਣ ਤੋਂ ਬਾਅਦ ਜੀ, ਡਿਜ਼ਾਈਨ ਬਾਏ ਐਪਲ ਇਨ ਕੈਲੀਫੋਰਨੀਆ। ਸੋ ਐਪਲ ਨੇ ਕੈਲੀਫੋਰਨੀਆ ਦੇ ਵਿੱਚ ਬਣਾਇਆ ਜੀ। ਸੋ ਪੱਤਰਾ ਜੇ ਆਪਾਂ ਦੇਖਾਂਗੇ, ਮੈਨੂੰ ਜੋ ਲੱਗਦਾ ਕਿ ਸਾਰੇ ਆਈਫੋਨਾਂ ਵਾਂਗੂ ਇਹਦੇ ਅੰਦਰ ਇਹਦਾ ਇੱਕ ਪਿੰਨ ਹੋਊਗੀ, ਜਿਹੜੀ ਕਿ ਬਿਲਕੁਲ ਸਹੀ ਗੱਲ ਹੈ ਕਿ ਆਹ ਪਿੰਨ ਹੈ ਜੀ ਜਿਹੜੀ ਸਿਮ ਨੂੰ ਖੋਲ੍ਹਦੀ ਹੈ। ਦੋ ਇਹਦੇ ਸਟਿੱਕਰ ਨੇ ਐਪਲ ਵਾਲੇ, ਜਿਹੜੇ ਕਿ ਤੁਸੀਂ ਆਪਣੇ ਕੰਪਿਊਟਰ ਜਾਂ ਕਿਤੇ ਹੋਰ ਜਾਂ ਫੋਨ ਦੇ ਪਿੱਛੇ ਲਾ ਸਕਦੇ ਹੋ ਜੇ ਕਿਸੇ ਨੇ ਲਾਉਣਾ ਹੋਵੇ। ਸੋ ਆਹ ਤਾਂ ਸਾਨੂੰ ਪ੍ਰੀਟੀ ਮੱਚ ਪਤਾ ਹੀ ਹੈ ਜੀ। ਲਓ ਜੀ, ਆਇਆ ਜੀ ਵਿੱਚ ਜਿਹੜਾ ਬੰਦਾ ਜਿਹਦੇ ਕਰਕੇ ਬੈਠੇ ਹਾਂ। ਸੋ ਇਹਨੂੰ ਆਪਾਂ ਹਾਲ ਦੀ ਘੜੀ ਲਈ ਪਾਸੇ ਕਰ ਦਿੰਦੇ ਹਾਂ ਜੀ, ਇੱਥੇ ਹੀ ਪਿਆ ਹੈ। ਸੋ ਆਇਆ ਜੀ ਫੋਨ ਆਈਫੋਨ 7 32 GB ਬਲੈਕ, ਬੜਾ ਸੋਹਣਾ ਫੋਨ ਜੋ ਇਸ ਵੇਲੇ ਲੱਗ ਰਿਹਾ ਹੈ। ਆਪਾਂ ਇਹਨੂੰ ਇਹ ਖੋਲ੍ਹ ਲੈਂਦੇ ਹਾਂ ਜੀ। ਲਓ ਜੀ, ਆਹ ਤਾਂ ਜਿਹੜੀ ਪ੍ਰੋਟੈਕਟਡ ਫਿਲਮ ਹੈ ਜੀ, ਇਹਨੂੰ ਆਪਾਂ ਸਭ ਤੋਂ ਪਹਿਲਾਂ ਲਾ ਦਿੰਦੇ ਹਾਂ ਇਹ ਇੱਦਾਂ ਕਰਕੇ। ਆ ਲਓ ਜੀ, ਸੋ ਹੁਣ ਸਾਡੇ ਕੋਲ ਆ ਜੀ ਜਾ ਚੁੱਕੀ ਹੈ ਜੀ। ਇਹਨੂੰ ਮੈਂ ਇੱਥੇ ਰੱਖ ਦਿੰਦਾ ਹਲਦੀ ਘੜੀ ਤਾਂ ਕਿ ਤੁਹਾਨੂੰ ਦਿਖਾਉਣ ਦੇ ਲਈ। ਮੈਨੂੰ ਆਲਰੇਡੀ ਪਤਾ ਜੀ, ਵੈਸੇ ਤਾਂ ਫੋਨ ਇਹ ਸਾਰਿਆਂ ਨੇ ਦੇਖਿਆ ਵਰਤਿਆ, ਕਿਉਂਕਿ ਹੁਣ ਆਈਫੋਨ 11 ਆ ਚੁੱਕਾ, 11 ਪ੍ਰੋ ਆ ਚੁੱਕਾ। ਸੋ 7 ਤਾਂ ਕਿਤੇ ਵੀ ਨਹੀਂ ਆਉਂਦਾ, ਪਰ ਮੈਂ ਕਿਹਾ ਚਲੋ ਕਿਉਂਕਿ ਨਵਾਂ ਲਿੱਤਾ ਇਸ ਕਰਕੇ ਕਿ ਜਿਹਨੂੰ ਕਹਿ ਦਈਏ ਕਿ ਆਪਾਂ ਨਵੇਂ ਦੀ ਜਿਹੜੀ ਬਾਕਸ ਓਪਨ ਕਰਨਾ, ਤਾਂ ਚਲੋ ਕਿਉਂ ਨਾ ਸ਼ੇਅਰ ਵੀ ਕਰ ਦਿੱਤਾ ਜਾਏ ਤੁਹਾਡੇ ਨਾਲ। ਪਿੱਛੇ ਜੀ ਇਹਦੇ ਬੜਾ ਸਟੈਂਡਰਡ ਜਿਹਾ ਜਿਹੜਾ ਇੱਕ ਕੈਮਰਾ, ਇੱਕ ਫਲੈਸ਼ ਲਾਈਟ, ਐਪਲ ਦਾ ਲੋਗੋ, ਇਹਦਾ ਜਿਹੜਾ ਬਲੈਕ ਦੇ ਵਿੱਚ ਇਹ ਆ ਵੀ ਜਿਹੜਾ ਇਹਦਾ ਮੈਟ ਦਾ ਰੰਗ ਜਿਹਾ ਆ ਉਹ ਬਹੁਤ ਸੋਹਣਾ ਆ, ਮਤਲਬ ਇੱਦਾਂ ਮੈਂ ਹਿਲਾ ਕੇ ਦਿਖਾ ਸਕਦਾ। ਸਕਰੀਨ ਇਹਦੀ ਵਾਹਵਾ ਕਲੀਅਰ ਹੈ। ਅਤੇ ਆਹ ਲਓ ਜੀ, ਇਹ ਕਿਉਂਕਿ ਆਸਟ੍ਰੇਲੀਅਨ ਮਾਡਲ ਹੈ, ਇਸ ਕਰਕੇ ਜਿਹੜੇ ਕਿ ਮੇਰੇ ਵੀਰ ਭਰਾ ਆਸਟ੍ਰੇਲੀਆ ਆਏ ਨੇ ਜਾਂ ਆਸਟ੍ਰੇਲੀਆ 'ਚ ਰਹਿੰਦੇ ਵੱਸਦੇ ਨੇ, ਉਹਨਾਂ ਨੂੰ ਪਤਾ ਹੀ ਕਿ ਆਹ ਸਟੈਂਡਰਡ ਪਲੱਗ ਪਿੰਨ ਹੈਗਾ ਆ ਜਿਹੜਾ ਕਿ ਚਾਰਜਿੰਗ ਦੇ ਲਈ। ਇਹਦੇ ਥੱਲੇ ਹੀ ਇਹਦੀ ਤਾਰ ਹੋਊਗੀ ਜੀ, ਆ ਰਹੀ ਇਹਦੀ ਤਾਰ ਚਾਰਜਿੰਗ ਕੇਬਲ। ਆਹ ਇਹਦੇ ਹੈਗੇ ਨੇ ਜੀ ਏਅਰਫੋਨਸ ਜਿਹੜੇ ਕਿ ਵਾਇਰਡ ਨੇ, ਅੱਜ ਕੱਲ੍ਹ ਤਾਂ ਖੈਰ ਦੂਜੇ ਵੀ ਆ ਸਕਦੇ, ਆਏ ਏਅਰਪੋਰਟਸ ਆ ਗਏ ਨੇ। ਅਤੇ ਇਹ ਵੀ ਵਧੀਆ, ਆਪਾਂ ਹਾਲ ਦੀ ਘੜੀ ਨੂੰ ਬੰਦ ਹੀ ਰਹਿਣ ਦਿੰਦੇ। ਅਤੇ ਆਓ ਜੀ ਆਪਾਂ ਫੋਨ ਨੂੰ ਕਰਦੇ ਹਾਂ ਓਪਨ, ਓਪਨ ਤਾਂ ਕਰ ਹੀ ਲਿਆ, ਖੈਰ ਆਪਾਂ ਟਰਨ ਔਨ ਕਰਦੇ ਹਾਂ। ਸੋ ਉਮੀਦ ਹੈ ਇਹ 'ਚ ਬੈਟਰੀ ਹੋਣੀ ਚਾਹੀਦੀ ਹੈ। ਓਕੇ ਜੀ, ਸੋ ਇਹਨੂੰ ਔਨ ਕਰਦਿਆਂ ਹੀ ਜਿਹੜਾ ਐਪਲ ਦਾ ਲੋਗੋ ਆ ਉਹ ਆਉਣਾ ਸ਼ੁਰੂ ਹੋ ਜਾਂਦਾ, ਅਤੇ ਮੈਂ ਇਹਨੂੰ ਤੁਹਾਡੇ ਵੱਲ ਨੂੰ ਹੀ ਕਰ ਦਿੰਦਾ ਕਿਉਂਕਿ ਹੈਲੋ। ਓਕੇ ਜੀ, ਪ੍ਰੈਸ ਹੋਮ, ਹੈਲੋ, ਹੋਲਾ, ਵੱਖਰੀਆਂ ਵੱਖਰੀਆਂ ਜਿਹੜੀਆਂ ਭਾਸ਼ਾਵਾਂ ਨੇ ਉਹਦੇ 'ਚ ਆ ਜਾਂਦਾ ਹੈਲੋ ਹੈਲੋ ਹੈਲੋ। ਅਤੇ ਚਲੋ ਜੀ ਆਪਾਂ ਹੈਲੋ ਕਰਕੇ ਜੀ ਆਪਾਂ, ਕਿਉਂਕਿ ਆਪਾਂ ਨੂੰ ਇਸ ਵੇਲੇ ਦੇ
ਕੱਲੀ ਇੰਗਲਿਸ਼ ਹੀ ਪੱਲੇ ਪੈ ਰਹੀ, ਬਾਕੀ ਲੈਂਗੁਏਜ ਨਾਲੋਂ ਤਾਂ ਇੰਗਲਿਸ਼ ਨੂੰ ਕਰਦੇ ਹਾਂ ਜੀ। ਅਤੇ ਕੰਟਰੀ ਨੂੰ ਰੀਜਨ ਨੂੰ ਸਿਲੈਕਟ ਕਰਨਾ ਤਾਂ ਆਸਟ੍ਰੇਲੀਆ ਪਹਿਲਾਂ ਹੀ ਉੱਤੇ ਆ, ਅਤੇ ਆਪਣੀ ਸੈਟਿੰਗ ਲੈਂਗੁਏਜ ਕਰ ਰਿਹਾ ਜੀ। ਲਓ ਜੀ ਕੁਇਕ ਸਟਾਰਟ ਜਿਹੜਾ ਹੈਗਾ ਜੀ ਸਿਸਟਮ, ਇਹਨੂੰ ਆਈਫੋਨ 11 iOS 11 ਸੈਟਅਪ ਮੈਨੂਅਲੀ ਕਰ ਦਿੰਦੇ ਜੀ। ਅਤੇ ਆਹ ਦੇਖੋ ਜੀ, ਇਹ ਆਪਣਾ ਜਿਹੜਾ ਕਿ ਹੈਗਾ ਇਹ, ਮੈਂ ਇੱਕ ਮਿੰਟ ਵਾਈਫਾਈ ਨੂੰ ਲਾ ਦਿਆਂ ਜੀ, ਫਿਰ ਮੈਂ ਤੁਹਾਨੂੰ ਦਿਖਾ ਦਿੰਦਾ। ਲਓ ਜੀ, ਉਮੀਦ ਹੈ ਕਿ ਛੇਤੀ ਹੁਣ ਹੋ ਜਾਣਾ ਚਾਹੀਦਾ ਹੈ, ਬਾਕੀ ਤਾਂ ਵੀ ਇਟ ਮੇ ਟੇਕ ਫਿਊ ਮਿਨਟਸ ਟੂ ਐਕਟੀਵੇਟ ਯੂਅਰ ਆਈਫੋਨ। ਚਲੋ ਉਡੀਕ ਕਰ ਲੈਂਦੇ ਜੀ, ਡਾਟਾ ਪ੍ਰਾਈਵੇਸੀ ਨੂੰ ਆਪਾਂ ਕੰਟੀਨਿਊ ਕਰਾਂਗੇ ਜੀ। ਟੱਚ ਆਈ ਡੀ ਨੂੰ ਆਪਾਂ ਸੈਟਅਪ ਲੇਟਰ ਕਰ ਸਕਦੇ ਹਾਂ ਜੇ ਚਾਹੀਦੀ ਹੋਊਗੀ ਤਾਂ। ਸੋ ਯੂਜ਼ ਟੱਚ ਆਈ ਡੀ, ਯਪ ਡੋਂਟ ਯੂਜ਼ ਜੀ ਹਾਲ ਦੀ ਘੜੀ। ਪਾਸਕੋਡ ਜੇ ਲਾਉਣਾ ਹੋਵੇ ਤਾਂ ਆਪਾਂ ਰੱਖ ਵੀ ਸਕਦੇ ਹਾਂ, ਇਹਨੂੰ 1572 ਕਰ ਦਿੰਦੇ ਹਾਂ, ਐਂਡ ਸ਼ੁੱਡ ਬੀ ਗੁੱਡ ਇਨਫ। ਅੱਛਾ ਇਹ 6 ਵਾਲਾ ਹੀ ਮੰਗ ਰਿਹਾ। ਹਾਂਜੀ ਇਹ 4 ਡਿਜਿਟਸ ਆਪਾਂ ਕਰਦੇ ਹਾਂ ਜੀ ਇਹਦੇ 'ਚੋਂ, ਅਤੇ ਸੋ ਤੁਸੀਂ ਆਪਣਾ ਕੋਈ ਵੀ ਜੀ ਸੈਟਅਪ ਕਰ ਸਕਦੇ ਹੋ ਜੇ ਤੁਹਾਡੀ ਆਪਣੀ ਹੈਗੀ ਹੈ। ਅਤੇ ਐਪਸ ਇਨ ਡੇਟਾ ਦੇ ਲਈ ਤੁਸੀਂ, ਸੋ ਇਹਦੇ 'ਚ ਮਤਲਬ ਵੀ ਹੋ ਸਕਦਾ ਹੈ ਕਿ ਜੇ ਤੁਸੀਂ ਕੋਈ ਟ੍ਰਾਂਸਫਰ ਕਰਨੀ ਐਪ ਵਗੈਰਾ, ਤਾਂ ਮਤਲਬ ਤੁਸੀਂ ਆਪੇ ਚੂਜ਼ ਕਰ ਸਕਦੇ ਹੋ। ਹੁਣ ਆ ਗਈ ਜੀ ਆਪਣੀ ਐਪਲ ਆਈ ਡੀ, ਸੋ ਇੱਥੇ ਆਪਾਂ ਬੰਦ ਕਰ ਦਾਂਗੇ ਇਸ ਵੀਡੀਓ ਨੂੰ, ਪਰ ਤੁਸੀਂ ਮੋਸਟ ਪ੍ਰੋਬਬਲੀ ਦੇਖ ਹੀ ਚੁੱਕੇ ਹੋ ਕਿਉਂਕਿ ਇਹਦੇ 'ਚ ਆਪਾਂ ਜੇ ਵੀਡੀਓ ਬਣਾ ਰਹੇ ਹਾਂ ਅਤੇ ਸਿਕਿਉਰਿਟੀ ਰੀਜ਼ਨਸ ਕਰਕੇ ਲੌਗਇਨ ਕਰਨਾ ਜਾਂ ਉੱਦਾਂ ਵੀ ਵਟਸਐਵਰ, ਮਤਲਬ ਬਿਕੋਜ਼ ਇਹ ਫੋਨ ਨੂੰ ਅਜੇ ਮੈਂ ਯੂਜ਼ ਨਹੀਂ ਕਰਨਾ ਅਤੇ ਇਸ ਕਰਕੇ ਮੈਨੂੰ ਅਜੇ ਸੈਟਅਪ ਵੀ ਨਹੀਂ ਕਰ ਰਿਹਾ। ਬਟ ਐਨੀਵੇਜ਼ ਇਹਨੂੰ ਇੱਦਾਂ ਹੀ ਕਰਦੇ ਕਰਦੇ ਜੀ ਤੁਹਾਡਾ ਫੋਨ ਸੈਟਅਪ ਹੋ ਜੂਗਾ, ਜੇ ਤੁਸੀਂ ਇਹਨੂੰ ਪੁਰਾਣਾ ਤੁਹਾਡੇ ਕੋਲ ਆਈਫੋਨ ਹੈਗਾ ਉਹ 'ਚੋਂ ਚੇਂਜ ਓਵਰ ਹੋ ਜੂਗਾ ਜਾਂ ਕਿਸ ਤਰ੍ਹਾਂ ਵੀ, ਬਟ ਸੋ ਇੱਥੇ ਆਪਾਂ ਆਪਣੀ ਜਿਹੜੀ ਹੈਗੀ ਆ ਵੀਡੀਓ ਉਹਨੂੰ ਕਰਦੇ ਹਾਂ ਜੀ ਸਮਾਪਤੀ ਵੱਲ ਲੈ ਕੇ ਚੱਲਦੇ ਹਾਂ। ਪਰ ਮੇਰੇ ਹਿਸਾਬ ਨਾਲ ਬੜਾ ਸਲੀਕ ਫੋਨ ਹੈ ਹੁਣ ਤੱਕ ਦਾ, ਜਿਹੜਾ ਮਤਲਬ ਵੀ ਸਭ ਤੋਂ ਪਤਲਾ ਜਿਹਾ ਅਤੇ ਗੁੱਡ ਫੋਨ ਸੀਗਾ ਉਹ, ਇਸ ਕਰਕੇ ਮੈਂ ਦੁਬਾਰਾ ਇਹਨੂੰ ਇਸੇ ਕਰਕੇ ਲੈਣਾ ਚਾਹਿਆ ਜੀ, ਕਿਉਂਕਿ ਮਤਲਬ ਵੀ ਹੋਰ ਫੋਨ ਆ ਗਏ ਨੇ ਮੇਰੇ ਹਿਸਾਬ ਨਾਲ, ਨੋ ਡਾਊਟ ਕਿ ਬੜੇ ਐਡਵਾਂਸਡ ਵੀ ਨੇ, ਪਰ ਫਿਰ ਵੀ ਖੈਰ ਥੋੜ੍ਹੇ ਬਹੁਤੇ ਬਲਕੀ ਕਰ ਦਿੱਤੇ ਗਏ ਨੇ ਅਤੇ ਥੋੜ੍ਹੇ ਯੂਜ਼ ਕਰਨ ਦੇ ਲਈ ਮੇ ਬੀ ਹੋਰ ਵਧੀਆ ਵੀ ਹੋਣਗੇ, ਕੈਮਰਾ ਕੁਆਲਿਟੀ ਹੈ ਉਹ, ਬਟ ਇਹ ਜਿੱਦਾਂ ਮੇਰਾ ਸੈਕਿੰਡ ਫੋਨ ਹੈ ਇਸ ਕਰਕੇ ਮੈਨੂੰ ਲੱਗਾ ਵੀ ਇਹ ਵਾਲਾ ਲੈਣਾ ਚਾਹੀਦਾ। ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ, ਇਹਨੂੰ ਹੁਣ ਆਪਾਂ ਰੱਖ ਦਿੰਦੇ ਅਤੇ ਮੇ ਬੀ ਮੈਂ ਇਹਦੇ ਉੱਤੇ ਕਵਰ ਕਵਰ ਪਾ ਲੂੰਗਾ ਅਤੇ ਆਪਣਾ ਕੰਮ ਚੱਲਦਾ ਲੱਗੂਗਾ। ਅਤੇ ਆਪ ਜੀ ਸਾਰਿਆਂ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਜੀ ਇਸ ਵੀਡੀਓ ਨੂੰ ਦੇਖਣ ਦੇ ਲਈ, ਮਿਹਰਬਾਨੀ ਬਹੁਤ ਬਹੁਤ, ਅਤੇ ਹੋ ਸਕਦਾ ਹੋਇਆ ਅਤੇ ਪੰਜਾਬੀ ਦੇ ਵਿੱਚ ਜੇ ਕੋਈ ਚੀਜ਼ ਨਵੀਂ ਲੈ ਸਕਿਆ ਤਾਂ ਜ਼ਰੂਰ ਉਹਦੀ ਜਿਹੜੀ ਓਪਨਿੰਗ ਹੈ ਉਹ ਇੱਕ ਅੱਧੀ ਪੰਜਾਬੀ 'ਚ ਵੀ ਕਰਾਂਗੇ, ਮਤਲਬ ਅਨਓਪਨਿੰਗ ਜਿਹੜੀ ਬਾਕਸ ਨੂੰ ਖੋਲ੍ਹਣਾ ਜਾਂ ਡੱਬੇ 'ਚੋਂ ਚੀਜ਼ ਕੱਢਣੀ। ਸੋ ਕਿਉਂਕਿ ਅੰਗਰੇਜ਼ੀ ਦੇ ਵਿੱਚ ਕਾਫੀ ਅਨਓਪਨਿੰਗਸ ਹੈਗੀਆਂ ਨੇ ਚੀਜ਼ਾਂ ਦੀਆਂ, ਪਰ ਮੈਂ ਕਿਹਾ ਚੱਲ ਆਪਣੇ ਜੇ ਕੋਈ ਬੰਦਾ ਪੰਜਾਬੀ ਸੁਣਦਾ ਹੋਊਗਾ ਪੰਜਾਬੀ ਲਈ ਕਰਦੇ, ਪੰਜਾਬੀ ਪ੍ਰਮੋਟ ਕਰਦੇ ਨਾਲ, ਠੀਕ ਹੈ। ਮਿਹਰਬਾਨੀ ਬਹੁਤ ਬਹੁਤ ਜੀ, ਸ਼ੁਕਰੀਆ, ਥੈਂਕ ਯੂ ਸੋ ਮੱਚ, ਐਂਡ ਰੱਬ ਰੱਖਾ, ਸਤਿ ਸ਼੍ਰੀ ਅਕਾਲ ਜੀ।